ਸਤਿ ਸ਼੍ਰੀ ਅਕਾਲ ਜੀ। ਜੇ ਵੀ ਇਸ ਟਾਈਮ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਗੀਰ ਆਜ਼ਾਦ। ਇਸ ਵਕਤ ਮੈਂ ਨਿਹਾਲ ਸਿੰਘ ਵਾਲਾ ਦੇ ਇੱਕ ਹੋਟਲ ਦੇ ਵਿੱਚ ਮੌਜੂਦ ਹਾਂ। ਅਕਸਰ ਪਾਰਟੀਆਂ ਅਤੇ ਇੰਜੋਏ ਕਰਦੇ ਜ਼ਿਆਦਾਤਰ ਅਸੀਂ ਮਰਦ ਹੀ ਦੇਖਦੇ ਹਾਂ, ਅਤੇ ਪਰ ਅੱਜ ਜਿਹੜੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਇਸ ਦੇ ਵਿੱਚ ਔਰਤਾਂ ਨੇ, ਤੁਸੀਂ ਹੈਰਾਨ ਹੋ ਜਾਓਗੇ ਜਦੋਂ ਉਹਨਾਂ ਦੇ ਮੂੰਹੋਂ ਗੱਲ ਸੁਣੋਗੇ ਕਿ 1996 ਦੇ ਵਿੱਚ ਉਹਨਾਂ ਨੇ ਦਸਵੀਂ ਪਾਸ ਕੀਤੀ, ਉਸ ਤੋਂ ਬਾਅਦ ਸਾਰੇ ਵਿਛੜ ਜਾਂਦੇ ਨੇ। 28 ਸਾਲ ਬਾਅਦ ਵਨ ਬਾਏ ਵਨ ਕਰਕੇ ਇੱਕ ਗਰੁੱਪ ਬਣਦਾ। ਅੱਜ ਉਹ ਸਾਰਾ ਗਰੁੱਪ ਨਿਹਾਲ ਸਿੰਘ ਵਾਲਾ ਦੇ ਇੱਕ ਹੋਟਲ ਦੇ ਵਿੱਚ ਮੌਜੂਦ ਆ। ਕਿਵੇਂ ਸਾਰੇ ਇਕੱਠੇ ਹੋਏ, ਕਿਵੇਂ ਅੱਜ ਮੌਜ ਮਸਤੀ ਦੇ ਦਿਨ ਉਹ ਯਾਦ ਕਰਦੇ ਨੇ, ਉਹ ਯਾਦਾਂ ਤਾਜ਼ੀਆਂ ਕਰਨੀਆਂ ਨੇ, ਅਤੇ ਆਪਾਂ ਗੱਲਬਾਤ ਕਰਦੇ ਉਹਨਾਂ ਔਰਤਾਂ ਦੇ ਨਾਲ, ਕੀ ਕਹਿਣਾ ਉਹਨਾਂ ਦਾ ਇਸ ਨੂੰ ਲੈ ਕੇ? ਹਾਂਜੀ ਅੰਮਾ, ਅੱਜ 28 ਸਾਲ ਬਾਅਦ ਤੁਸੀਂ ਸਾਰੇ ਇਕੱਠੇ ਹੋਏ ਹੋ। ਹਾਂਜੀ। ਕਿਵੇਂ ਪਲੈਨ ਬਣਿਆ, ਕਿਹੜੀ ਕਲਾਸ ਦੇ ਵਿੱਚ ਤੁਸੀਂ ਅੱਜ ਕਿਹਾ ਜੀ ਸਾਰੇ ਇਕੱਠੇ ਹੋਏ? ਅਸੀਂ 10th ਕਲਾਸ ਤੱਕ ਸਭ ਨੇ ਇਕੱਠੀ ਕੀਤੀ ਹੈ। 10th ਕਲਾਸ ਤੋਂ ਬਾਅਦ ਸਾਰੇ ਅਲੱਗ ਅਲੱਗ ਹੋ ਗਏ, ਕੋਈ ਕਿੱਧਰ ਚਲਾ ਗਿਆ, ਕੋਈ ਕਿੱਧਰ ਚਲਾ ਗਿਆ। ਸਾਡਾ 4-5 ਸਾਲਾਂ ਤੋਂ ਗਰੁੱਪ ਬਣਿਆ ਹੋਇਆ ਸੀ, ਕਮਲਾ ਨਹਿਰੂ ਸਕੂਲ ਗਰੁੱਪ ਜੀ। ਉਹਦੇ ਵਿੱਚ ਅਸੀਂ ਸਾਰੇ ਐਡ ਹੋਏ, ਹੌਲੀ ਹੌਲੀ ਚੱਲ ਰਹੇ ਹਾਂ ਅਸੀਂ ਸਾਰੇ ਜਣੇ। ਸਾਨੂੰ ਬਹੁਤ ਖੁਸ਼ੀ ਆ, ਅਸੀਂ ਥੋੜ੍ਹੇ ਟਾਈਮ ਪਹਿਲਾਂ ਵਿੱਚ ਪਾਇਆ ਸੀ ਗਰੁੱਪ 'ਚ, ਸਭ ਦੀ ਸਾਨੂੰ ਓਕੇ ਮਿਲੀ ਆ। ਸਾਨੂੰ ਬਹੁਤ ਖੁਸ਼ੀ ਮਿਲੀ ਆ ਕਿ ਅਸੀਂ ਕਮਲਾ ਨਹਿਰੂ ਸਕੂਲ ਦੀ ਰੀਯੂਨੀਅਨ ਅਸੀਂ ਨਿਹਾਲ ਸਿੰਘ ਵਾਲੇ ਹੀ ਕਰਨੀ ਆ। ਇਸ ਤੋਂ ਅੱਗੇ ਜਿੱਥੇ ਭਗਵਾਨ ਸਾਨੂੰ ਲੈ ਜਾਊਗਾ ਅਸੀਂ ਉੱਥੇ ਕਰਾਂਗੇ। ਕਿੰਨੇ ਮੈਂਬਰ ਤੁਸੀਂ ਹੁਣ ਤੱਕ ਕਿੱਥੇ ਰਹੇ ਹੋ ਤੇ ਕਿੰਨੇ ਕਿ ਰਹਿ ਗਏ ਸਾਡੇ ਨਾਲ ਪਰਦੇ ਜਿਹੜੇ? ਮੈਂਬਰ ਤਾਂ ਭਈਆ ਬਹੁਤ ਸੀ, ਪਰ ਹੁਣ ਸਾਰੇ ਵਿਖਰ ਗਏ, ਕੋਈ ਕਿੱਧਰ ਚਲਾ ਗਿਆ, ਕੋਈ ਕਿੱਧਰ ਚਲਾ ਗਿਆ। ਅਸੀਂ ਹੁਣ 18 ਮੈਂਬਰ ਹੋ ਗਏ, 19 ਮੈਂਬਰ ਇਸ ਟਾਈਮ ਜੀ। ਅਕਸਰ ਦੇਖਿਆ ਜਾਂਦਾ ਕਿ ਜਿਹੜੇ ਮਰਦ ਨੇ ਉਹੀ ਪਾਰਟੀਆਂ ਕਰਦੇ ਨੇ, ਪਰ ਤੁਹਾਨੂੰ ਦੇਖ ਕੇ ਲੱਗ ਰਿਹਾ ਕਿ ਔਰਤਾਂ ਵੀ ਕਿਸੇ ਤੋਂ ਘੱਟ ਨਹੀਂ, ਕੀ ਕਹਿਣਾ ਚਾਹੁੰਦੇ ਨੇ? ਅਸੀਂ ਔਰਤਾਂ ਤਾਂ ਮਰਦਾਂ ਨਾਲੋਂ ਵੀ ਉੱਪਰ ਨੇ, ਹੁਣ ਤਾਂ ਸਪੀਡ ਤੇ ਪੂਰੀਆਂ ਨੰਬਰ ਪੂਰੇ ਨੰਬਰ ਲੈ ਰਹੀਆਂ ਨੇ, ਕੋਈ ਗੱਲ ਨਹੀਂ। ਸਾਨੂੰ ਬਹੁਤ ਖੁਸ਼ੀ ਆ। ਅਸੀਂ ਗੇਮਸ ਖਿਲਾਣੀ ਹੈ ਜੀ, ਤੇ ਡਾਂਸ ਪ੍ਰੋਗਰਾਮ ਰੱਖਣਾ ਹੈ। ਹਾਂਜੀ। ਤੁਹਾਨੂੰ ਤੁਹਾਡਾ ਕੀ ਨਾਮ ਹੈ ਤੇ 28 ਸਾਲ ਬਾਅਦ ਇਕੱਠੇ ਹੋਏ? ਇਹ ਤਾਂ ਸਿਰਫ ਅਸੀਂ ਮਹਿਸੂਸ ਹੀ ਕਰ ਸਕਦੇ ਹਾਂ। ਮੇਰਾ ਨਾਮ ਰਮਨ ਹੈ, ਮੈਂ ਹਿੰਮਤਪੁਰੇ ਤੋਂ ਹਾਂ। ਇਹ ਤਾਂ ਸਿਰਫ ਅਸੀਂ ਮਹਿਸੂਸ ਹੀ ਕਰ ਸਕਦੇ ਕਿ ਸਾਡੇ ਦਿਲ 'ਚ ਅੱਜ ਕਿਵੇਂ, ਅੱਜ ਸਾਨੂੰ ਲੱਗ ਨਹੀਂ ਰਿਹਾ ਵੀ ਸਾਡੀ ਏਜ ਇੰਨੀ ਹੋ ਗਈ। ਸਾਨੂੰ ਉਹੀ ਆਪਦਾ ਬਚਪਨ ਦਾ, ਜਿਵੇਂ ਅਸੀਂ ਸਕੂਲ 'ਚ ਪਹਿਲਾਂ ਸ਼ੁਰੂ ਤੋਂ ਹੀ ਰਹੇ ਹਾਂ, ਗੱਲਾਂ ਕਰਦੇ ਹਾਂ, ਅੱਜ ਵੀ ਸਾਨੂੰ ਉਹੀ ਸ਼ਰਾਰਤਾਂ ਕਰਨ ਨੂੰ ਦਿਲ ਕਰਦਾ। ਕਿਸੇ ਦੀ ਚੋਟੀ ਖਿੱਚਦੀ ਜਿਵੇਂ ਗੁੱਤ ਖਿੱਚਦੀ, ਕਿਸੇ ਦੇ ਕੰਨ 'ਚ ਕੁਛ, ਦਿਲ ਕਰਦਾ ਵੀ ਸਾਰਿਆਂ ਨਾਲ ਐਵੇਂ ਸ਼ਰਾਰਤਾਂ ਫੀਲ ਕਰਾਂ। ਲੱਗ ਰਿਹਾ ਕਿ ਸਿੰਗਲ ਹੋ ਬੇਸ਼ੱਕ ਬੱਚੇ ਨੇ? ਹਾਂ, ਉਹੀ ਬਚਪਨ ਵਾਲਾ, ਜਿਵੇਂ 3rd-4th ਕਲਾਸ 'ਚ ਨਲੀਆਂ ਹੀ ਲਮਕਦੀਆਂ, ਉਵੇਂ ਲੱਗ ਰਿਹਾ। ਸਾਨੂੰ ਨਹੀਂ ਲੱਗਦਾ ਸਾਡੇ ਮਤਲਬ ਮੇਕਅਪ ਕੀਤਾ, ਸਾਨੂੰ ਤਾਂ ਅਸੀਂ ਉਵੇਂ ਲੱਗ ਰਹੇ ਹਾਂ। ਮੈਮ, 28 ਸਾਲ ਬਾਅਦ ਇਕੱਠੇ ਹੋਏ ਹੋ, ਕੀ ਕਹਿਣਾ ਚਾਹੋਗੇ? ਆਈ ਐਮ ਸੋ ਐਕਸਾਈਟਡ ਟੂ ਮੀਟ ਐਵਰੀਵਨ, ਮਾਈ ਨੇਮ ਇਜ਼ ਮਨਪ੍ਰੀਤ ਕੌਰ। ਦ ਫੀਲਿੰਗਸ ਬੱਬਲਸ ਵਾਂਗ ਬਲਾਸਟ ਹੋ ਰਹੇ ਨੇ, ਸੋ ਓਲਡ ਮੈਮਰੀ ਸਾਰੀਆਂ ਹੁਣ ਚੇਤੇ ਆ ਰਹੀਆਂ। ਸੋ ਆਫਟਰ ਅ ਲੌਂਗ ਟਾਈਮ ਆਈ ਐਮ ਵੈਰੀ ਹੈਪੀ ਟੂ ਸੀ ਐਵਰੀਵਨ, ਆਈ ਹੋਪ ਐਵਰੀਵਨ ਇਜ਼ ਹੈਪੀ ਹੇਅਰ। ਯਾ, ਆਈ ਐਮ ਸੋ ਐਕਸਾਈਟਡ ਟੂ ਕਮ, ਦਿਸ ਇਜ਼ ਅ ਫੀਲਿੰਗ ਸੋ ਆਈ ਕਾਂਟ ਐਕਸਪ੍ਰੈਸ। ਦੇਖੋ, ਜ਼ਿੰਦਗੀ ਬੜੇ ਰਝੇਵੇਂ ਭਰੀ ਅੱਜ ਕੱਲ੍ਹ ਦੀ। ਤੁਹਾਡੇ ਹਸਬੈਂਡ ਨੇ ਵੀ ਰੋਕਿਆ ਕਿ ਜਿਵੇਂ ਮਰਦ ਪਾਰਟੀਆਂ ਕਰਦੇ ਆ, ਜੇ ਤੁਸੀਂ ਮਨ ਤਾਂ ਕਿਹਾ ਕੋਈ ਮੈਮਰੀ ਜੋ ਸਾਂਝੀ ਕਰਨਾ ਚਾਹੁੰਦੇ ਹੋ ਕਿਸੇ ਵੀ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਬੈਠੇ ਨੇ, ਕੋਈ ਯਾਦ ਜਿਹੜੀ ਸਾਂਝੀ ਕਰਨੀ ਚਾਹੁੰਦੇ ਹੋ? ਯਾਦਾਂ ਪਤਾ ਨਹੀਂ ਕਿੰਨੀਆਂ ਕਰ ਰਹੀਆਂ ਜੀ, ਸਪੋਰਟ ਜਾਂ ਹੋ ਗਿਆ, ਉੱਠਾ ਵੀ ਪਾਣੀ ਆ ਗਿਆ, ਕਿੰਨੀ ਖੁਸ਼ੀ ਕਰ ਰਹੀ, ਹਲੇ ਸਮਝ ਨਹੀਂ ਆ ਰਿਹਾ। ਓਕੇ, ਅਗਲੇ ਲਈ ਆਉਂਦਾ ਤਾਂ ਮਾਈਕ ਕੋਲੇ ਜਾਣਾ। ਹਾਂ, ਬਿਲਕੁਲ। ਖਾਮੋਸ਼ੀਓਂ ਮੇ ਵੀ ਦੀਨੀ ਸੀ ਆਵਾਜ਼ ਹੈ, ਖਾਮੋਸ਼ੀਓਂ ਮੇ ਵੀ ਦੀਨੀ ਸੀ ਆਵਾਜ਼ ਹੈ, ਤਨਹਾਈਓਂ ਮੇ ਵੀ ਗਹਿਰਾ ਰਾਜ ਹੈ, ਆਪ ਜੋ ਮਿਲੇ ਇਤਨੇ ਅੱਛੇ ਦੋਸਤ, ਹਮੇ ਇਸ ਲਈ ਖੁਦ ਪਰ ਨਾਚ ਹੈ। ਮੈਮ, ਕੋਈ ਮੈਮਰੀ ਸਾਂਝੀ ਕਰਨੀ ਚਾਹੁੰਦੇ ਹੋ ਜਿਹੜੀ 28 ਸਾਲ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਬਿਤਾਈ? ਮਾਈ ਨੇਮ ਇਜ਼ ਰੇਖਾ ਜੀ।
ਮਤਲਬ ਅਸੀਂ ਕਾਫੀ ਸਾਲਾਂ ਬਾਅਦ ਮਿਲੀਆਂ ਅਸੀਂ ਨੈਂਸੀ ਔਰ ਅਨੂ ਦੀ ਬਦੌਲਤ ਆ। ਮਤਲਬ ਚੱਲ ਤਾਂ ਗਰੁੱਪ 'ਚ ਡਿਸਕਸ਼ਨ ਤਾਂ ਬਹੁਤ ਦੇਰ ਬਾਅਦ ਚੱਲ ਰਹੀ ਸੀ, ਕਾਫੀ ਦੇਰ ਫਿਰ ਸਾਡਾ ਮਤਲਬ ਡਰੋਪ ਹੋ ਜਾਂਦਾ ਸੀ ਆਈਡੀਆ। ਮੈਂ ਥੋੜ੍ਹਾ ਜਿਹਾ ਲਿਖਦੀ ਵੀ ਹਾਂ, ਮੈਂ ਆਉਂਦੇ ਹੋਏ ਹੁਣ ਕਾਰਡ ਵੀ ਲਿਖਿਆ ਸੀਗਾ, ਸਭੀ ਇਤਰੋਂ ਕੀ ਖੁਸ਼ਬੂ, ਸਭੀ ਇਤਰੋਂ ਕੀ ਖੁਸ਼ਬੂ ਆਜ ਮੰਦ ਪੜ ਗਈ, ਇਤਨੀ ਮੁੱਦਤੋਂ ਕੇ ਬਾਅਦ ਸਭੀ ਦੋਸਤੋਂ ਕੀ ਮਹਿਫਿਲ ਸਜ ਗਈ। ਸਰ 28 ਸਾਲ ਇੱਕ ਬਹੁਤ ਵੱਡਾ ਟਾਈਮ ਪੀਰੀਅਡ ਹੁੰਦਾ, ਅੱਜ ਵੀ ਆਰ ਵੈਰੀ ਲੱਕੀ ਕਿ 28 ਸਾਲ ਬਾਅਦ ਸਾਰੇ ਮਿਲ ਰਹੇ ਹਾਂ, ਔਰ ਕੰਚਨ ਦਾ ਤੇ ਅਨੂ ਦਾ ਇਹ 'ਚ ਬਹੁਤ ਵੱਡਾ ਰੋਲ ਹੈ ਸਾਨੂੰ ਮਿਲਾਉਣ ਦੇ ਵਿੱਚ, ਕਿਉਂਕਿ ਲਾਈਫ 'ਚ ਹਰ ਕੋਈ ਇੰਨਾ ਬਿਜ਼ੀ ਹੁੰਦਾ ਹੈ ਨਾ, ਨਹੀਂ ਟਾਈਮ ਕੱਢਦਾ, ਪਰ ਕੰਚਨ ਨੇ ਇਕੱਲੇ ਇਕੱਲੇ ਨੂੰ ਕਾਲ ਕਰੀ ਔਰ ਨੈਂਸੀ ਨੇ ਇਕੱਲੇ ਇਕੱਲੇ ਨੂੰ ਕਾਲ ਕਰੀ ਔਰ ਉਹਨੂੰ ਮੋਟੀਵੇਟ ਕੀਤਾ ਸਾਰਿਆਂ ਨੂੰ, ਔਰ ਮਤਲਬ ਅੱਜ ਮਿਲ ਕੇ ਐਂ ਲੱਗਦਾ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਕਰਾਂਗੇ। ਮੈਂ ਇੱਕ ਮੈਮਰੀ ਸ਼ੇਅਰ ਕਰਨਾ ਚਾਹੁੰਦੀ ਹਾਂ, ਸਾਰਿਆਂ ਨੇ ਰਲ ਕੇ ਸਟੇਜ 'ਤੇ ਇੱਕ ਪਰਫੋਰਮੈਂਸ ਕਰੀ ਸੀ ਜਿਹਦੇ 'ਚ ਬਚਪਨ ਤੋਂ ਲੈ ਕੇ ਮਤਲਬ ਡੈਥ ਤੱਕ ਸਾਰਾ ਅਸੀਂ ਲਾਈਵ ਸਟੇਜ 'ਤੇ ਗਾਈ ਸੀ, ਔਰ ਅਸੀਂ ਸਾਰੇ ਫਰੈਂਡਸ ਉਹੀ ਫਰੈਂਡਸ ਆ, ਔਰ ਕੋਈ ਉਹ ਜਿਹੇ ਦੁਲਹਾ ਬਣਿਆ, ਕੋਈ ਬੱਚਾ ਬਣਿਆ, ਔਰ ਸਾਰੀ ਮੂਮੈਂਟ ਉਹਨੇ ਯਾਦ ਆ ਗਈ ਸਾਨੂੰ ਕਿ ਅਸੀਂ ਕਿੰਨਾ ਇੰਜੋਏ ਕਰਦੇ ਸੀ ਆਪਣਾ ਬਚਪਨ, ਔਰ ਵੀ ਆਰ ਵੈਰੀ ਲੱਕੀ। ਮੈਨੂੰ ਲੱਗਦਾ ਅੱਜ ਤੱਕ ਕੋਈ ਵੀ ਨਹੀਂ ਮਿਲਿਆ ਉਹਨੇ ਕਈ ਸਰਵਾਰ ਇਸ ਤਰ੍ਹਾਂ, ਔਰ ਅਸੀਂ ਇਤਿਹਾਸ ਬਣਾਇਆ। ਬੜਾ ਮਨ ਨੂੰ ਚਾਅ ਹੈ ਅਸੀਂ ਸਹੇਲੀਆਂ ਮਿਲੀਆਂ, ਹੁਣ ਅਸੀਂ ਸੋਚੀ ਪਹਿਲਾਂ ਸਹੇਲੀਆਂ ਮਿਲੀਆਂ, ਹੁਣ ਅਸੀਂ ਪੂਰੀ ਫੈਮਿਲੀ ਦਾ ਬਣਾਉਣਾ, ਆਪਦੇ ਬੱਚਿਆਂ ਨੂੰ, ਆਪਦੇ ਹਸਬੈਂਡ ਨੂੰ ਇੰਟਰੋਡਿਊਸ ਕਰਵਾਉਣਾ ਇੱਕ ਦੂਜੇ ਨੂੰ, ਅਸੀਂ ਇੱਕ ਦੂਜੇ ਦੀ ਆਪਦੀਆਂ ਸ਼ਰਾਰਤਾਂ ਦੱਸਣੀਆਂ ਉਹਨਾਂ ਨੂੰ, ਕੋਈ ਸ਼ਰਾਰਤ ਸਾਂਝੀ ਕਰਨੀ ਚਾਹੁੰਦੇ ਹੋ? ਸ਼ਰਾਰਤ ਮੈਨੂੰ ਮੇਰੇ ਫਰੈਂਡ ਦਾ, ਅਸੀਂ ਕੁਐਸਚਨ ਪੜ ਰਹੇ ਸੀਗੇ ਕਿਹੜੀ ਕੰਮ ਦਾ, ਅਸੀਂ ਬਸ ਉਹਦਾ ਵੀ ਸੁਆ ਹੁੰਦਾ ਜੀ, ਇਹਨੇ ਪੜਿਆ ਸੀ ਬਸ ਉਹਦਾ ਵੀ ਸੁਆ, ਉਹ ਕਦੇ ਵੀ ਨਹੀਂ ਭੁੱਲ ਸਕਦੇ। ਅਸੀਂ ਹੋਰ ਜਿਹੜੀ ਸਾਡੀਆਂ ਫਰੈਂਡਸ ਬਾਹਰ ਚਲੀਆਂ ਗਈਆਂ ਅਸੀਂ ਉਹਨਾਂ ਨੂੰ ਬੜਾ ਮਿਸ ਕਰਦੇ ਹਾਂ, ਹੋ ਸਕੇ ਵੀ ਅਸੀਂ ਆਉਂਦੀ ਵਾਰ ਉਹਨਾਂ ਨੂੰ ਵੀ ਵਿੱਚ ਜੁਆਇਨ ਕਰਵਾਈਏ। ਜੀ ਬਿਲਕੁਲ। ਮੇਰੀ ਫਰੈਂਡ ਹੈ ਜੀ, ਦਿਲ ਵੀ ਉਹੀ ਬੈਠਾ ਹੈ ਸਾਡੇ ਕੋਲ, ਇੰਨੀ ਰਾਤ ਹੋਈ ਹੈ ਫਿਰ ਵੀ ਇਹ ਜਾਗ ਰਹੀ ਹੈ। ਕਹਿਣਾ ਚਾਹੁੰਦੇ ਹੋ ਤੁਸੀਂ? ਅਨੂ ਬੋਲੋ ਕੁਛ, ਤੁਸੀਂ ਮਾਈਕ ਤੁਹਾਡੇ ਕੋਲ ਆ। ਹੈਲੋ ਫਰੈਂਡਸ, ਤੁਹਾਨੂੰ ਸਾਰਿਆਂ ਨੂੰ ਮਿਲ ਕੇ ਅੱਜ ਬਹੁਤ ਵਧੀਆ ਲੱਗਿਆ। ਚਲੋ ਅੱਜ ਮਿਲ ਕੇ ਫਿਰ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰੀਏ, ਐਂਡ ਦੈਨ ਸਾਰਾ ਕੁਛ ਪਿਛਲਾ ਯਾਦ ਕਰੀਏ, ਐਂਡ ਦੈਨ ਲੈਸ ਹੈਵ ਅ ਫਨ, ਲੈਸ ਡਾਂਸ ਟੁਗੈਦਰ, ਲੈਸ ਇੰਜੋਏ। ਦਰਸ਼ਕੋ, ਇਹ ਨਿਹਾਲ ਸਿੰਘ ਵਾਲੇ ਦੀਆਂ ਧੀਆਂ ਜਿਹੜੀਆਂ 28 ਸਾਲ ਬਾਅਦ ਇਕੱਠੀਆਂ ਹੋਈਆਂ, ਔਰ ਇੱਕ ਬਹੁਤ ਵਧੀਆ ਸੁਨੇਹਾ ਦਿੱਤਾ ਸਮਾਜ ਦੇ ਵਿੱਚ ਕਿ ਔਰਤਾਂ ਵੀ ਕਿਸੇ ਤੋਂ ਘੱਟ ਨਹੀਂ, ਉਹ ਵੀ ਇੰਜੋਏ ਕਰ ਸਕਦੀਆਂ ਨੇ ਲਾਈਫ। ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਨੇ ਉਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੈ ਕਿ ਜਿਸ ਤਰ੍ਹਾਂ ਅਸੀਂ ਇੰਜੋਏ ਕਰਦੇ ਹਾਂ, ਅਸੀਂ ਕੋਈ ਸਾਨੂੰ ਇੰਟਰੈਕਟ ਨਹੀਂ ਕਰਦਾ, ਉਸੇ ਤਰੀਕੇ ਨਾਲ ਤੁਸੀਂ ਵੀ ਇੰਜੋਏ ਕਰ ਸਕਦੇ ਹੋ। ਸੋ ਇੱਕ ਵੱਡਾ ਮੈਸੇਜ ਆ, ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਸਟੋਰੀ ਆ ਤੁਸੀਂ ਪਸੰਦ ਕਰੋਗੇ। ਸੋ ਹੋਰ ਅਪਡੇਟਸ ਲਈ ਬਣੇ ਰਹੋ JVS ਟਾਈਮ ਦੇ ਨਾਲ।